ਆਪਣੀ ਦੁਬਾਹੀ ਨੂੰ ਆਪਣੇ ਤੱਕ ਨਹੀਂ ਰੱਖਣਾ। ਜੇ ਤੁਸੀਂ ਆਪਣੇ ਤੱਕ ਰੱਖਦੇ ਤੁਸੀਂ ਆਪਣੀ ਦੁਬਾਹੀ ਨੂੰ ਮਾਰ ਦਿੰਦੇ ਜੇ ਇੱਕ ਦਿਨ ਫਿਰ ਤੁਸੀਂ ਉਸੇ ਬਿਮਾਰੀ ਦੇ ਨਾਲ ਤੜਕੋਗੇ ਉਸੇ ਸਰਕਮਸਟੈਂਸ ਦੇ ਨਾਲ ਉਸੇ ਚੁਣੌਤੀ ਦੇ ਨਾਲ ਤੜਕਣਾ ਸ਼ੁਰੂ ਕਰੋਗੇ। ਇਹ ਦੁਬਾਈ ਦੇਣੀ ਦੁਬਾਈ ਦਿੰਦੇ ਰਹੋ ਕਿ ਪਰਮੇਸ਼ਰ ਕਰਦੇ ਨਾਜ਼ ਹੋਏ ਔਰ ਉਸ ਬਿਮਾਰੀ ਨੂੰ ਰੋਕ ਕੇ ਰੱਖੇ ਉਸ ਬਿਮਾਰੀ ਨੂੰ ਰੋਕ ਕੇ ਰੱਖੇ। ਹਾਲੇਲੂਇਆ। ਔਰ ਉਸ ਦੁਬਾਈ ਤੋਂ ਬਾਅਦ ਕਹਿੰਦਾ ਜਿਹੜਾ ਲੈਵਲ ਹੈ ਆਰਾਧਨਾ ਕਰਨ ਆਰਾਧਨਾ ਕਰਨ ਦਾ ਪ੍ਰਭੂ ਦੇ ਵਿੱਚ ਵਫ਼ਾਦਾਰ ਹੋਣ ਦਾ ਉਹ ਵੱਧ ਜਾਣਾ ਚਾਹੀਦਾ ਹੈ। ਹਾਲੇਲੂਇਆ। ਇਹ ਨਹੀਂ ਕਿ ਕੰਮ ਵੀ ਪਰਮੇਸ਼ਰ ਸਾਰੇ ਕਰੀ ਜਾਏ ਪਰ ਸਾਡੀ ਪ੍ਰਾਰਥਨਾ ਹੈ ਨਹੀਂ ਸਾਡੇ ਰੋਸੇ ਹੈ ਨਹੀਂ ਸਾਡਾ ਚਰਚ ਵਾਲਾ ਲੈਵਲ ਬਹੁਤ ਨੀਚੇ ਹੈ। ਸਾਡਾ ਬਦਲਾਵ ਜਿਹੜਾ ਜੀਵਨ ਦਾ ਉਹ ਘਟੀਆ ਹੈ ਸਾਡਾ ਸਭਾ ਘਟੀਆ ਹੈ। ਜਦ ਅਸੀਂ ਪਰਮੇਸ਼ਰ ਸਾਡੇ ਜੀਵਨ 'ਚ ਕੰਮ ਕਰਦਾ ਆਪਣੇ ਆਪ ਨੂੰ ਬਦਲ। ਮੈਂ ਤਾਂ ਇਹੋ ਹੀ ਆਪਣੇ ਜੀਵਨ 'ਚ ਸੋਚਿਆ ਜਿੱਦਾਂ ਜਿੱਦਾਂ ਪਰਮੇਸ਼ਰ ਅੱਗੇ ਲਈ ਜਾਏਗਾ ਆਪਣੇ ਆਪ ਨੂੰ ਪਵਿੱਤਰ 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 ਕਰਦਾ ਪ੍ਰਗਟ ਕਰਦਾ ਕਿਉਂਕਿ ਪਰਮੇਸ਼ਰ ਪਵਿੱਤਰਤਾ ਦਾ ਪਰਮੇਸ਼ਰ ਪਰਮੇਸ਼ਰ ਅਨੰਤਤਾ ਦਾ ਪਰਮੇਸ਼ਰ। ਪਰਮੇਸ਼ਰ ਚਾਹੁੰਦਾ ਕਿ ਤੁਸੀਂ ਲੋਕਾਂ 'ਚ ਰਹੋ ਪਰ ਪਰਮੇਸ਼ਰ ਇਹ ਨਹੀਂ ਚਾਹੁੰਦਾ ਤੁਸੀਂ ਲੋਕਾਂ ਵਰਗੇ ਹੋ ਜਾਓ। ਪਰਮੇਸ਼ਰ ਚਾਹੁੰਦਾ ਕਿ ਤੁਸੀਂ ਲੋਕਾਂ ਦੇ ਵਿੱਚ ਜਾਓ ਔਰ ਮੇਰੇ ਪ੍ਰਚਾਰ ਨੂੰ ਕਰੋ ਪਰ ਪਰਮੇਸ਼ਰ ਕਦੇ ਇਹ ਨਹੀਂ ਚਾਹੁੰਦਾ ਕਿ ਤੁਸੀਂ ਉਹਨਾਂ ਦੇ ਵਿੱਚ ਜਾ ਕੇ ਵਿਗੜ ਜਾਓ। ਹਾਲੇਲੂਇਆ। ਹਾਲੇਲੂਇਆ। ਪਰਮੇਸ਼ਰ ਕਦੇ ਉਹ ਕਿਹੜੀ ਪਹਿਚਾਣ ਬਣਾਉਣਾ ਚਾਹੁੰਦੇ ਪਰਮੇਸ਼ਰ ਕਦੇ ਉਹ ਵੱਖਰਾ ਇਤਿਹਾਸ ਬਣਾਉਣਾ ਚਾਹੁੰਦੇ ਤੂੰ ਕਿੰਨੇ ਜ਼ਿਆਦਾ ਗਵਾਹੀਆਂ ਸੁਣਨਾ ਚਾਹੁੰਦੇ ਇਹਨਾਂ ਗਵਾਹੀਆਂ ਦਾ ਤੁਹਾਡਾ ਸੁਆਗਤ। ਪਰਿਵਾਰ ਦੇ ਵਿੱਚ ਸੀ ਪਰਿਵਾਰ ਦੇ ਵਿੱਚ ਕੰਮ ਸੇ ਕੰਮ ਹਰ ਮੈਂਬਰ ਇਹਨਾਂ ਦਾ ਟੀਵੀ ਦੇ ਨਾਲ ਮਰਿਆ। ਉਸ ਤੋਂ ਬਾਅਦ ਉਹਦੇ ਜਾਣ ਤੋਂ ਬਾਅਦ ਇਹਦੀ ਮਦਰ ਦੇ ਜਾਣ ਤੋਂ ਬਾਅਦ ਇਹਨਾਂ ਦੇ ਵੀ ਟੈਸਟ ਹੋਏ ਕਿਵੇਂ ਸੁੱਖ ਦੀ ਗੱਲ ਇਸ ਟੈਸਟ ਮੈਨੂੰ ਵਿੱਚ ਟੀਵੀ ਆਈ ਔਰ ਟੀਵੀ ਦੇ ਨਾਲ ਉਹ ਚੀਜ਼ਾਂ ਵੀ ਖਰਾਬ ਹੋ ਰਹੀਆਂ ਸਨ ਪਰ ਇੱਕ ਟੈਸਟ ਤੋੜਨ ਦੀ ਜ਼ਰੂਰਤ ਹੈ ਇਹ ਸ਼ਰਾਬ ਤੋੜਨ ਦੀ ਜ਼ਰੂਰਤ ਹੈ ਕਿ ਅੱਗੇ ਨਾ ਜਾ ਸਕੇ ਔਰ ਜਦ ਸਾਨੂੰ ਪਤਾ ਲੱਗਾ ਅਸੀਂ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ ਉਹ ਪਰਮੇਸ਼ਰ ਨੇ ਸ਼ਰਾਬ ਤੋੜ ਦਿੱਤਾ ਇਹਦੀਆਂ ਰਿਪੋਰਟਾਂ ਇੱਕਦਮ ਨੋਰਮਲ ਨੇ। ਮੈਂ ਖੁਦ ਜਾ ਕੇ ਮੈਨੂੰ ਅਸੀਂ ਖਾਣਾ ਪੀਣਾ ਨਹੀਂ ਪਰ ਕਹਿੰਦੇ ਨੇ ਕਿ ਪਰਮੇਸ਼ਰ ਨੇ 10 ਸਾਲ ਦੀ ਆਗਿਆਕਾਰੀ ਦੇ ਵਿੱਚ ਉਹਨਾਂ ਦੇ ਵਚਨਾਂ ਨੂੰ ਫੋਲੋ ਕਰੀਏ ਔਰ ਜਿੱਦਾਂ ਉਹ ਕਹਿ ਰਹੇ ਨੇ ਉਹਦੇ ਵਿੱਚ ਸਾਡੀ ਤਰੱਕੀ ਉਹਦੇ ਵਿੱਚ ਸਾਡੀ ਉੱਨਤੀ ਉੱਨਤੀ ਔਰ ਟੀਵੀ ਦੇ ਨਾਲ ਬਹੁਤ ਸਾਰੇ ਲੋਕ ਮਰਦੇ ਹਨ ਇੱਕ
ਜਾਤੀ ਦੇ ਨਾਲ ਕਿਸੇ ਨੇ ਇੱਕ ਬਿੱਲੀ ਦਾ ਹੱਥ ਮਨੇ ਦੇ ਪਿੱਛੇ ਲਗਾ ਦਿੱਤਾ ਔਰ ਦੁਸ਼ਟ ਆਤਮਾ ਬਣ ਕੇ ਇਹਨਾਂ ਦੇ ਅੰਦਰ ਸਮਾ ਗਿਆ ਇਹਨਾਂ ਨੂੰ ਖੂਨ ਦੇ ਵਿੱਚ ਦਰਦ ਕੀਤੀ ਮੈਂ ਕਿਹਾ ਦਰਦ ਕਿਸੇ ਕੋਲ ਨਹੀਂ ਹੁਣ ਦਾ ਪੇਟ ਫੁੱਟਦਾ ਸੀ ਅੰਦਰੋਂ ਔਰ ਕੀ ਕਰਦਾ ਸੀ ਸਾਹ ਰੋਕ ਦਿੰਦਾ ਸੀ ਔਰ ਵੱਧ ਤੋਂ ਜ਼ਿਆਦਾ ਖਾਂਸੀ ਔਰ ਮੂੰਹ ਸੁੱਕ ਜਾਂਦਾ ਸੀ ਸਿਰ ਫਟਦਾ ਸੀ ਤੇ ਮੈਂ ਕਿਹਾ ਵੀਰ ਵਰਗ ਪ੍ਰਾਰਥਨਾ ਤੇ ਲੈ ਕੇ ਆਉਂਦਾ ਉਸ ਦਿਨ ਅਸੀਂ ਕਹਿੰਦੇ ਹੈਂ ਕਰਾ ਜਦ ਪ੍ਰਾਰਥਨਾ ਵਿੱਚ ਸ਼ਤਾਨ ਜ਼ਾਹਿਰ ਹੋਇਆ ਕਹਿੰਦਾ ਮੈਂ ਬਿੱਲੀ ਬਣ ਕੇ ਇਹਦੇ ਪਿੱਛੇ ਲੱਗਾ ਇਹਦੇ ਕੰਨ ਦੇ ਵਿੱਚ ਲੈਂਦਾ ਉਹ ਅਚਾਨਕ ਬਿੱਲੀ ਇਹਨਾਂ ਦੇ ਕੰਨ ਚਾਹੀਦੇ ਕੰਨ ਤੇ ਰਹਿਣੀ ਸ਼ੁਰੂ ਕਰ ਦਿੱਤੀ ਔਰ ਰੀਅਲ ਦੇ ਵਿੱਚ ਜਦ ਉਸ ਨੂੰ ਡਾਂਟੇ ਔਰ ਛੱਡ ਕੇ ਚਲਾ ਹਟ ਕੇ ਚਲਾ ਉਦੋਂ ਵੀ ਸਪੈਨ ਤਿੰਨ ਖੂਨ ਦੀਆਂ ਉਲਟੀਆਂ ਖੂਨ ਦੀਆਂ ਉਲਟੀਆਂ ਨੇ ਮੈਨੂੰ ਬੋਲੋ ਤੱਕ ਗਿਆ ਪਰ ਪਰਮੇਸ਼ਰ ਉਸ ਦਿਨ ਤੋਂ ਸਪੈਨ ਦੇ ਸ਼ਿਫਾ ਦਿੱਤੀ ਉਸ ਦਿਨ ਤੋਂ ਇਸ ਸਪੈਨ ਤੇ ਰਹਿਮ ਕੀਤਾ ਕਿ ਇਹ ਦੁਸ਼ਨਾਤਮਾ ਤੋਂ ਵੀ ਫਰੀ ਹੈ ਔਰ ਟੀਵੀ ਦੇ ਆਤਮਾ ਤੋਂ ਵੀ ਫਰੀ ਹੈ ਜ਼ੋਰਦਾਰ ਤਾਲੀ ਬੋਲ ਸਾਜੇ ਸਾਹਮਣੇ ਦਿਖਾਉਂਦਾ ਸੀ ਔਰ ਅੱਜ ਸ਼ੈਤਾਨ ਦੇ ਕੰਮਾਂ ਚ ਲੱਗਾ
ਪਰ ਜਿਨ੍ਹਾਂ ਦੇ ਬੱਚੇ ਗਰਭ ਚੋਂ ਚੁਣੇ ਜਾਂਦੇ ਨੇ ਉਹ ਯਿਸੂ ਦੇ ਨਾਮ ਵਿੱਚ ਫਤਿਹਮੰਦ ਜੀਵਨ ਪਾਉਂਦੇ ਨੇ। ਬੜੀ ਨਹੀਂ ਸੀ ਕਰ ਸਕਦੀ ਮੈਂ ਬਸ ਨਹੀਂ ਕਰ ਸਕਦੀ ਮੇਰੇ ਬਾਲ ਨੂੰ ਕੁਛ ਨਹੀਂ ਜਾ
और आज देखो सेहत मान गई है, पैर पेट निकल आया।
ਨੇ ਕਹਿੰਦੇ ਕਿੰਨਾ ਲੱਗਾ ਸਿਆਇਆ ਕਿਦਾ ਤੁਰਨਾ ਫਿਰਨਾ ਬੰਦ ਹੋ ਗਿਆ ਕਹਿੰਦਾ ਜਿਹੜਾ ਆਹ ਚੀਜ਼ਾਂ ਦਾ ਨਾੜੀਆਂ ਦਾ ਨਰਵਸ ਸਿਸਟਮ ਹੈ ਇਹ ਸਾਰਾ ਖਰਾਬ ਹੋ ਗਿਆ ਐਮ ਆਰ ਆਈ ਹੋਈ ਉਹ ਕਹਿੰਦੇ ਵੀ ਨਾੜੀਆਂ ਦਾ ਸਿਸਟਮ ਕਲੈਪਸ ਹੋ ਗਿਆ ਇਹਦੀ ਜਿਹੜੀ ਪਾਵਰ ਹੈ ਜ਼ੋਰਿਨ ਪਾਸ ਕਰਨ ਵਾਲੀ ਉਹ ਖਤਮ ਹੋ ਗਈ ਹੈ ਕੋਟੀ ਕਰਨ ਵਾਲੀ ਜਿਹੜੀ ਪਾਵਰ ਉਹ ਵੀ ਖਤਮ ਹੋ ਗਈ ਹੈ ਇਹਨੂੰ ਕਦੇ ਜੀਵਨ 'ਚ ਪਤਾ ਨਹੀਂ ਲੱਗੇਗਾ ਕਿ ਕਦ ਨੂੰ ਯੂਨੀਅਨ ਆਇਆ ਔਰ ਕਦ ਨੂੰ ਕੋਟੀ ਆਇਆ ਇਸੇ ਤਰ੍ਹਾਂ ਖੜੇ ਖਲੋਤੇ ਵੀ ਕੋਟੀ ਕਰ ਸਕਦਾ ਖੜੇ ਖਲੋਤੇ ਵੀ ਇਹ ਯੂਨੀਅਨ ਪਾਸ ਕਰ ਸਕਦਾ ਔਰ ਅੰਮ੍ਰਿਤਸਰ ਫਿਲੋਰਨ ਹਸਪੀਟਲ ਦੇ ਵਿੱਚ ਲੈ ਗਏ ਉਹ ਤਾਂ ਮੇਰੀ ਵਾਕ ਵੀ ਹੈ ਮੈਂ ਉੱਥੇ ਭੇਜ ਦਿੱਤਾ ਨਾਲ ਔਰ ਮੈਂ ਖੁਦ ਡਾਕਟਰ ਨਾਲ ਗੱਲ ਕੀਤੀ ਕਹਿੰਦੇ ਅਸੀਂ ਤਾਂ ਓਪਰੇਸ਼ਨ ਹੀ ਦੱਸਦੇ ਹਾਂ ਓਪਰੇਸ਼ਨ ਹੀ ਪਰ ਕਹਿੰਦੇ ਕਿ ਤੁਸੀਂ ਸਾਡੇ ਬੰਦੇ ਵੀ ਇਹ ਪਿੰਡ ਤੋਂ ਆਏ ਨੇ ਮੈਂ ਨਹੀਂ ਚਾਹੁੰਦਾ ਕਿ ਕਿਸੇ ਗਰੀਬ ਮਾਤਰ ਕਹਿੰਦੇ ਪੈਸੇ ਦਵਾ ਫਿਰ ਵੀ ਓਪਰੇਸ਼ਨ ਹੀ ਸੈੱਟ ਪੈਣਾ ਇਹ ਤੁਰੇ ਫਿਰੇਗਾ ਤਾਂ ਜ਼ਰੂਰ ਪਰ ਕਦੇ ਵੀ ਇਹਦਾ ਨਰਵਸ ਸਿਸਟਮ ਕੰਟਰੋਲ ਪਾਵਰ ਕਦੇ ਵੀ ਵਾਪਸ ਨਹੀਂ ਆਏ ਸਹੀ ਕਹਿ ਰਹੇ ਨਾ ਸਰ ਸ਼ਾਮ ਵੀ ਉੱਥੇ ਸੀ ਇਹਨਾਂ ਦੇ ਮੰਮੀ ਵੀ ਉੱਥੇ ਸੀ ਇਹਨਾਂ ਦੇ ਜਿਹੜੇ ਪਾਸਟਰ ਨੇ ਉਹ ਲਾੜੋ ਇਹਨਾਂ ਦੇ ਉਹ ਵੀ ਉੱਥੇ ਸੀ ਇਹ ਉਹਨਾਂ ਦੇ ਸਾਹਮਣੇ ਗੱਲਬਾਤ ਕਰ ਪਾਸ ਨਹੀਂ ਹੋ ਰਹੇ ਮੈਂ ਦੁਆ ਕਰ ਰਿਹਾ
ਕਰੀ ਜਿੱਦਾਂ ਤੇ ਵੀ ਰਿਪੋਰਟ ਆਈ ਉਹ ਸਾਹਮਣੇ ਉਸ ਤੋਂ ਬਾਅਦ ਜਾਲੇ ਬਾਅਦ ਰੂਮ ਦੇ ਵਿੱਚ ਗਿਆ ਉਸ ਰੂਮ ਦੇ ਵਿੱਚ ਗਿਆ ਉਸ ਵਕਤ ਸੂਰੀਅਨ ਪਾਸ ਹੋਣਾ ਸ਼ੁਰੂ ਹੋ ਗਿਆ ਸਾਡੇ ਵਿੱਚ ਖੜੀ ਹੈ।